ਅੱਜ ਘੋੜੇ ਤਿੰਨ ਦਿਖਾਵਾਂਗੇ ਤੁਹਾਨੂੰ ਨੁਕਰੇ ਪਰ ਜਿਹੜਾ ਸਾਰਿਆਂ ਨੂੰ ਪਹਿਲਾਂ ਦਿਸਦਾ ਇਹਦੇ ਬਾਰੇ 2 ਨੰਬਰ ਤੇ ਦੱਸਾਂਗੇ ਪਹਿਲਾਂ ਇਹਦਾ ਬੱਚਾ ਦਿਖਾਉਨੇ ਆ ਤੁਹਾਨੂੰ ਇਹਦੇ ਬੱਚੇ ਦਾ ਨਾਮ ਬਾਬਰ ਆ ਤੇ ਸਿਰਫ 17 ਮਹੀਨੇ ਇਹਦੀ ਉਮਰ ਹੈ ਸ਼ਾਇਦ 17 ਮਹੀਨੇ 18 ਮਹੀਨੇ ਉਮਰ 18 ਮਹੀਨੇ ਉਮਰ ਹੈ ਦੀ 18 ਮਹੀਨੇ ਚਾਚੇ ਨੇ ਮੈਨੂੰ ਦੱਸਿਆ 18 ਮਹੀਨੇ ਇਹਦੀ ਉਮਰ ਹੈ ਏ ਭਾਈ ਬੱਚਾ ਇਸ ਵਕਤ ਇਹਦਾ ਕੱਦਾ ਜਿਹੜਾ ਚਾਚੇ ਹੁਣਾਂ ਨੇ ਦੱਸਿਆ ਵੀ ਭਾਈ 6 8 ਇੰਚ ਇਸ ਬੱਚੇ ਦਾ ਕੱਦ ਹੋ ਗਿਆ ਇਹ ਕੱਲਾਂ ਵਾਲੇ ਚੇਤਕ ਘੋੜੇ ਦਾ ਬੱਚਾ ਏ ਚਾਚੇ 79 ਸਿਓ ਕੱਲਾਂ ਵਾਲੇ ਦੇ ਘਰੇ ਆ ਇਹ ਇਹ ਘੋੜਾ ਹਜੇ ਇਹਦੀ ਸਰਵਿਸ ਆ ਜਿਹੜੀ ਉਹ ਤਾਂ ਹਜੇ ਸਾਲ ਨੂੰ ਮਿਲੂਗੀ ਤੁਹਾਨੂੰ ਘਟੋ ਘਟ ਆਪਾਂ ਇਹ ਕਹਿ ਲਈਏ ਕਿ ਅਗਲੇ ਸਾਲ ਨੂੰ ਇਹ ਬਸ਼ੇਰਾ ਜਿਹੜਾ 2.5 ਸਾਲ ਦਾ ਹੋਊਗਾ ਇਹਦਾ ਬਾਪ ਕੱਲਾਂ ਵਾਲਾ ਚੇਤਕ ਘੋੜਾ ਇਹਦਾ ਦਾਦਾ ਰਾਜਵੀਰ ਵਾਲਾ ਭਾਗਸਰ ਵਾਲਾ ਘੋੜਾ ਇਹਦੀ ਮਾਂ ਮੈਂਟੂ ਰੋਡਿਆਂ ਵਾਲੇ ਵਾਲੇ ਘੋੜੇ ਦੀ ਧੀ 68 ਇੰਚ ਦੀ ਘੋੜੀ ਇਹਦਾ ਨਾਨਾ ਮੈਂਟੂ ਰੋਡਿਆਂ ਵਾਲੇ ਵਾਲਾ ਕੋੜਾ ਮਤਲਬ ਖਾਨਦਾਨ ਤੁਸੀਂ ਇਦੋਂ ਹੋਰ ਪਿੱਛੇ ਨੂੰ ਚਲੇ ਜਾਓਗੇ ਤਾਂ ਇਹਦੇ ਸਾਰੇ ਪਾਸੇ ਨੁਕਰੇ ਹੀ ਲੱਗਦੇ ਆ ਚਾਹੇ ਦੇ ਦਾਦਕਿਆਂ ਵਾਲੇ ਪਾਸੇ ਜਾਵੜਗੇ ਚਾਹੇ ਦੇ ਨਾਨਕਿਆਂ ਵਾਲੇ ਪਾਸੇ ਜਾਵੜਗੇ ਤਾਂ ਇਹਦੀਆਂ ਕਈ ਪੀੜੀਆਂ ਜਿਹੜੀਆਂ ਉਹ ਨੁਕਰਿਆਂ ਵਾਲੇ ਪਾਸੇ ਹੀ ਆਉਂਦੀਆਂ ਇਹਦਾ ਨਾਂ ਹੈਗਾ ਬਾਬਰ ਬਹੁਤ ਛੋਟੀ ਉਮਰ ਦੇ ਵਿੱਚ ਬੱਚੇ ਨੇ ਬਹੁਤ ਵੱਡੀ ਹਾਈਟ ਕੀਤੀ ਆ ਤੇ ਬਹੁਤ ਚੰਗੇ ਸੰਕੇਤ ਦਿਖਾਏ ਆ ਕਿ ਜਿੱਥੇ ਇਹ ਘੋੜਾ ਵੱਡਾ ਬਣੂਗਾ ਉੱਥੇ ਇਹ ਘੋੜਾ ਬਹੁਤ ਬਿਊਟੀਫੁੱਲ ਘੋੜਾ ਬਣੂਗਾ ਬਹੁਤ ਮਤਲਬ ਤੁਹਾਨੂੰ ਇਹਦੇ ਵਿੱਚ ਹਰੇਕ ਚੀਜ਼ ਮਿਲੂਗੀ ਤੁਸੀਂ ਦੇਖੋ ਕਿ ਇਹਦਾ ਫੇਸ ਦੇਖੋਗੇ ਤਾਂ ਤੁਹਾਨੂੰ ਫੇਸ ਵੀ ਕਮਾਲ ਮਿਲੂਗਾ ਲੰਬਾ ਪਤਲਾ ਫੇਸ ਮਿਲੂਗਾ ਜਵਾੜੇ ਦੀ ਹੱਡੀ ਹੈ ਜਿਹੜੀ ਉਹਦੀ ਬਿਊਟੀ ਮਿਲੂਗੀ ਤੁਹਾਨੂੰ ਤੇ ਮਤਲਬ ਟੋਟਲ ਮਾਰਵਾੜੀ ਤੁਹਾਨੂੰ ਜਿਹੜੇ ਹੈਗੇ ਆ ਇਹਦੇ ਕਰੈਕਟਰ ਆ ਜਿਹੜੇ ਉਹ ਪੂਰੇ ਗਰਦਨ ਇਹਦੀ ਲੰਬੀ ਸਿਰੇ ਤੋਂ ਪਤਲੀ ਗਰਦਨ ਤੇ ਗੁਲਾਬੀਪਨ ਫਿਰ ਇਹਦੇ ਚ ਵਾਈਟਨੈਸ ਮਤਲਬ ਜੋ ਵੀ ਚੀਜ਼ ਇੱਕ ਪਰਫੈਕਟ ਜਾਨਵਰ ਦੇ ਵਿੱਚ ਚਾਹੀਦੀ ਹੁੰਦੀ ਹੈ ਇਹ ਬੱਚਾ ਉਹ ਸਾਰੀਆਂ ਚੀਜ਼ਾਂ ਵਖਾ ਰਿਹਾ ਤੇ ਫਿਰ ਇਹਦਾ ਬਾਪ ਤੁਹਾਨੂੰ ਦਿਖਾ ਦਿੰਨੇ ਆ ਭਾਈ ਆਏ ਇਹਦਾ ਬਾਪ ਕੱਲਾਂ ਵਾਲਾ ਚੇਤਕ ਕੋੜਾ ਇਹਦਾ ਚੇਤਕ ਕੋੜਾ ਇਹਦਾ ਬਾਪ ਆ ਇਹ ਭਾਈ ਭਾਗਸਰ ਵਾਲੇ ਦਾ ਬੱਚਾ ਹੈ ਤੇ ਇਹਦੀ ਮਾਂ ਵੀ ਨੁਕਰੀਆ ਤੇ ਇਹਦੀ ਮਾਂ ਅੱਜ ਵੀ ਚਾਚੇ ਨਛੱਤਰ ਸਿੰਘ ਦੇ ਘਰੇ ਹੀ ਆ ਤੇ ਅੱਜ ਵੀ ਪੂਰੀ ਕਹਿ ਲੋ ਵੀ ਘੋੜੀ ਐਂ ਲੱਗਦਾ ਬਸ਼ੇਰੀ ਆ ਐਡੀ ਚੰਗੀ ਘੋੜੀ ਆ ਇਹਦੀ ਮਾਂ ਇਸ ਕੋੜੇ ਦੀ ਤੇ ਇਹਦਾ ਬਾਪ ਭਾਗਸਰ ਵਾਲਾ ਘੋੜਾ ਇਹ ਹਾਥੀ ਘੋੜੇ ਦਾ ਬਾਪ ਵਾਲੇ ਪਾਸਿਓਂ ਭਰਾ ਏ ਇਹ ਕੋੜਾ ਇਦੀ ਹਾਈਟ ਆਉਦੇ ਬੱਚੇ ਨਾਲੋਂ 1 ਇੰਚ ਉੱਚੀ ਆ ਇਹਦੀ ਹਾਈਟ ਆ ਜਿਹੜੀ ਉਹ ਚਾਚੇ ਹੋਣਾ ਨੇ ਦੱਸਿਆ ਵੀ ਭਾਈ 67 ਇੰਚ ਆ ਪਰ ਜਿਹੜੇ ਹਸਾਬ ਦੀ ਇਹਦੀ ਗਰਦਨ ਵੀ ਉਸ ਹਸਾਬ ਨਾਲ ਤਾਂ ਇਹਦੀ ਗਰਦਨ ਕੋਲੇ ਖੜ ਕੇ ਤਾਂ ਬੰਦਾ ਲੋਕ ਜਾਂਦਾ ਦੂਏ ਪਾਸੇ ਬੰਦਾ ਵਿਖਾਈ ਨਹੀਂ ਦਿੰਦਾ ਮਾਲਕ ਦੀ ਕਿਰਪਾਏ ਇਹੋ ਜੀ ਇਹਦੇ ਧੌਣ ਲੱਗੀ ਆ ਘੋੜੇ ਦੇ ਜਾਂ ਇਹੋ ਜਿਹਾ ਇਹਦਾ ਸਰੀਰ ਆ ਫਿਰ ਸਭ ਤੋਂ ਵੱਡੀ ਗੱਲ ਇਹ ਆ ਵੀ ਬਿਊਟੀ ਦੇਖੋ ਤੁਸੀਂ ਆ ਦੇਖੋ ਇਹਦੇ ਚ ਵੀ ਜਿਹੜੀ ਬਿਊਟੀ ਆ ਉਹ ਬਹੁਤ ਆ ਫਿਰ ਇਹ ਉਮਰ ਦਾ 8-9 ਸਾਲ ਦਾ ਹੋ ਗਿਆ ਹੋਊਗਾ ਘੋੜਾ ਇਹਦੇ ਤੇ ਸ਼ੌਕਾ ਨਹੀਂ ਆਇਆ ਮਤਲਬ ਇਹਦੇ ਤੇ ਫਲਕਾਰੀ ਆ ਜਿਹੜੀ ਉਹ ਆਈ ਨਹੀਂਗੀ ਫਲਕਾਰੀ ਤੋਂ ਰਹਿ ਤਾ ਇਹ ਵਾਈਟਨੈਸ ਪਿੰਕਨੈਸ ਆ ਜਿਹੜੀ ਉਹ ਤਾਂ ਤੁਹਾਨੂੰ ਦਿਖਾਈ ਦੇਈ ਜਾਂਦੀ ਐ ਇਸ ਘੋੜੇ ਦੀ ਤੇ ਇੱਕ ਤੁਹਾਨੂੰ ਗੱਲ ਹੋਰ ਖਾਸ ਦੱਸਦਾ ਇਸ ਘੋੜੇ ਦੇ ਵਿੱਚ ਅਕਸਰ ਜੇ ਆਪਾਂ ਕਿਸੇ ਘੋੜੇ ਨੂੰ ਇੰਨਾ ਭਾਰਾ ਕਰ ਦਿਆਂਗੇ ਨਾ ਜਿੰਨਾ ਭਾਰਾ ਇਹ ਹੈਗਾ ਤਾਂ ਉਹ ਘੋੜੇ ਆ ਜਿਹੜੇ ਉਹ ਪੈਰਾਂ ਵੱਲੋਂ ਖਰਾਬ ਹੋ ਜਾਂਦੇ ਆ ਇਸ ਘੋੜੇ ਦਾ ਪੈਰ ਆ ਜਿਹੜਾ ਬਹੁਤ ਜ਼ਿਆਦਾ ਮਜ਼ਬੂਤ ਪੈਰ ਆ ਘੋੜੇ ਦਾ ਬਹੁਤ ਮਜ਼ਬੂਤ ਪੈਰ ਆ ਇਸ ਘੋੜੇ ਦਾ ਇਸ ਕਰਕੇ ਇਹ ਇੰਨੇ ਵਜਨ ਦੀ ਜਾਂ ਇੰਨੇ ਭਾਰੇਪਣ ਦੀ ਪਰਵਾਹ ਨਹੀਂ ਕਰਦਾ ਤੇ ਦੂਜੀ ਗੱਲ ਇਹ ਆ ਵੀ ਨਛੱਤਰ ਸਿੰਘ ਚਾਚਾ ਇਸ ਘੋੜੇ ਤੇ ਰਾਈਡ ਬਹੁਤ ਕਰਦਾ ਵੀ ਜੇ ਤੁਸੀਂ ਕਹੋ ਨਾ ਵੀ ਇਹ ਘੋੜਾ ਕਿਤੇ ਖੜਾ ਹੀ ਖਾਈ ਜਾਂਦਾ ਹੋ ਖੜਾ ਖਾਣ ਵਾਲੀ ਗੱਲ ਨਹੀਂ ਆ ਜਦੋਂ ਮੀਟਿੰਗ ਸੀਜ਼ਨ ਚੱਲਿਆ ਜਾਊਗਾ ਘੋੜੇ ਦਾ ਉਸ ਤੋਂ ਬਾਅਦ ਇਹ ਸਿਆਲਾਂ ਦੇ ਵਿੱਚ ਬਹੁਤ ਸਵਾਰੀ ਕਰਦੇ ਆ ਸਿਆਲਾਂ ਦੇ ਵਿੱਚ ਤਾਂ ਚਾਚੇ ਹੁਣੀ ਦੱਸਦੇ ਆ ਵੀ ਮੈਂ 30 32 32 ਕਿਲੋਮੀਟਰ ਬਾਟ ਘੋੜੇ ਤੇ ਕਰ ਦਿੰਦਾ ਚਾਚਾ ਆਪ ਵੀ ਫਿੱਟ ਬਹੁਤ ਆ ਇਸ ਵਾਰੀ ਹਜੂਰ ਸਾਹਿਬ ਨੂੰ ਪੈਦਲ ਚੱਲਿਆ ਗਿਆ ਸੀ ਪੈਦਲ ਚੱਲ ਕੇ ਚਲਿਆ ਗਿਆ ਸੀ ਤੇ ਹਜੂਰ ਸਾਹਿਬ ਦੇ ਰਸਤੇ 'ਚ ਫਿਰ ਉਹਨਾਂ ਨੂੰ ਪੈਰਾਂ ਤੋਂ ਪ੍ਰੋਬਲਮ ਆ ਗਈ ਚਾਚੇ ਦੇ ਪੈਰਾਂ 'ਚ ਛਾਲੇ ਹੋ ਗਏ ਬੂਟ ਮਾੜੇ ਪਾਲੇ ਤੇ ਉਹਦੇ ਨਾਲ ਉਂਗਲਾਂ-ਆਂਗਲਾਂ ਕੱਟੀਆਂ ਗਈਆਂ ਉਹ ਵੀ ਕਹਾਣੀ ਤੁਹਾਨੂੰ ਦੱਸੂਗਾ ਸਾਰੀ ਤੇ ਫਿਰ ਉਹਨਾਂ ਨੂੰ 650-500 ਕਿਲੋਮੀਟਰ ਜਾਣ ਤੋਂ ਬਾਅਦ ਉਹ ਗੱਡੀ 'ਚ ਬੈਠ ਗਏ ਸੀ ਤੇ ਉਹਦੀ ਦ੍ਰਿੜਤਾ ਏਡੀ ਆ ਕਹਿੰਦਾ ਅਗਲੀ ਵਾਰ ਨੂੰ ਉੱਥੋਂ ਹੀ ਸਫ਼ਰ ਸ਼ੁਰੂ ਕਰਾਂਗੇ ਤੇ ਦੁਬਾਰਾ ਇਸ ਸਫਰ ਨੂੰ ਉਸ ਸਫਰ ਨੂੰ ਸਿਰੇ ਲਾਵਾਂਗੇ ਦਾਤਾ ਤੰਦਰੁਸਤੀ ਬਖਸ਼ੇ ਤੇ ਆ ਭਾਈ ਜਿਹੜਾ ਘੋੜਾ ਹੈ ਨਾ ਇਹਦੀ ਸਟੱਡ ਸਰਵਿਸ ਦੀ ਫੀਸ ਆ 15000 ਰੁਪਿਆ ਜੇ ਕਿਸੇ ਨੇ ਇਸ ਘੋੜੇ ਤੋਂ ਸਟੱਡ ਸਰਵਿਸ ਲੈਣੀ ਹੈ ਤੇ ਬਹੁਤ ਬੱਚੇ ਆ ਪਹਿਲਾ ਬੱਚਾ ਤੁਹਾਨੂੰ ਦਿਖਾਤਾ ਮੈਨੂੰ ਲੱਗਦਾ ਕਿ ਕਾਫੀ ਆ ਪਰ ਇਸ ਘੋੜੇ ਦੇ ਬਹੁਤ ਬੱਚੇ ਆ ਬਹੁਤ ਘੋੜੀਆਂ ਇਹਨੇ ਕ੍ਰੋਸ ਕੀਤੀਆਂ ਮਾਰਕੀਟ ਦੇ ਵਿੱਚ ਬਹੁਤ ਬੱਚੇ ਆ ਇਹਦੇ ਕਾਫੀ ਬੱਚੇ ਸਾਨ ਬਣ ਗਿਆ ਹੁਣ ਤਾਂ ਇਹਦੇ ਕਾਫੀ ਬੱਚੇ ਮਾਰਕੀਟ ਦੇ ਵਿੱਚ ਸਾਨ ਬਣ ਕੇ ਉਤਰੇ ਆ ਜੇ ਕਿਸੇ ਵੀ ਸੱਜਣ ਨੇ ਇਸ ਘੋੜੇ ਤੋਂ ਸਟੱਡ ਸਰਵਿਸ ਲੈਣੀ ਆ ਤਾਂ ਤੁਸੀਂ ਚਾਚੇ ਨਛੱਤਰ ਸਿੰਘ ਹੋਣਾ ਦਾ ਜਿਹੜਾ ਨੰਬਰ ਆ ਉਹ ਤੁਹਾਨੂੰ ਦਿਖਾਈ ਦਿੱਤਾ ਤੇ ਨਾਲ ਭਾਈ ਮੁੰਡਿਆਂ ਨੇ ਚੈਨਲ ਬਣਾਇਆ ਹੋਇਆ ਇੰਸਟਾਗ੍ਰam ਤੇ ਤੇ ਉਹਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉਹਤੇ ਵੀ ਤੁਸੀਂ ਠੁੰਗਾ ਮਾਰ ਲਿਓ ਫੇਰ ਵੀ ਚੰਗਾ ਹੁੰਦਾ ਤੇ ਆ ਦੇਖੋ ਯਾਰ ਖੜਨੀ ਤੁਹਾਨੂੰ ਕਿਤੇ ਤੁਸੀਂ ਤਾਨੂੰ ਲੱਗੂਗਾ ਯਾਰ ਵੇਖ ਕੇ ਕਿ ਪ੍ਰਮਾਤਮਾ ਦੇ ਦਰਸ਼ਨ ਆ ਜਿਹੜੇ ਹੋ ਰਹੇ ਆ ਦਾਤੇ ਦੀ ਉਸ ਬਣਤ ਦੇ ਬੰਦਾ ਬਲਿਹਾਰੇ ਜਾਂਦਾ ਜਦੋਂ ਇਸ ਘੋੜੇ ਨੂੰ ਲਾਈਉ ਦੇਖਦਾ ਆ ਆਪਣੀਆਂ ਅੱਖਾਂ ਨਾਲ ਦੇਖਦਾ ਤਾਂ ਸਵਾਦ ਆਉਂਦਾ ਤੇ ਤੀਸਰਾ ਘੋੜਾ ਭਾਈ ਚਾਚੇ ਹੋਣਾ ਕੋਲੇ ਆ ਵੀ ਹੈਗਾ ਇਹ ਮਿੰਟੂ ਰੋਡਿਆਂ ਵਾਲੇ ਵਾਲੇ ਘੋੜੇ ਦਾ ਬੱਚਾ ਮਿੰਟੂ ਰੋਡਿਆਂ ਵਾਲੇ ਵਾਲੇ ਸਮੁੰਦਰ ਘੋੜੇ ਦਾ ਬੱਚਾ ਇਹ ਏ ਵੀ ਹੈਗਾ ਇਹਦੀ ਵੀ ਸਟੱਡ ਸਰਵਿਸ ਆ ਜਿਹੜੀ ਭਾਈ ਓਪਨ ਹੈ ਜੇ ਕਿਸੇ ਸੱਜਣ ਨੇ ਇਹਦੇ ਵੀ ਬੱਚੇ ਆ ਰਹੇ ਆ ਹੁਣ ਤੇ ਇਹ ਭਾਈ ਜੇ ਇਹ ਤੋਂ ਸਰਵਿਸ ਚਾਹੀਦੀ ਹੋਈ ਤੇ ਤਾਂ ਵੀ ਚਾਚੇ ਨਛੱਤਰ ਸਿੰਘ ਕੱਲਾਂ ਵਾਲੇ ਨਾਲ ਸੰਪਰਕ ਕਰ ਲਿਓ ਭਰਨਾ ਹੁਣ ਤੁਹਾਨੂੰ ਇਹ ਨਾ ਆਏ ਜੇ ਲੱਗੂਗਾ ਕੁਸ ਬਈ ਪਿਛਲੇ ਘੋੜੇ ਨਾਲ ਕੰਮ ਨਰਮ ਆ ਅਸਲ ਦੇ ਵਿੱਚ ਨਾ ਜਦੋਂ ਫਿਰ ਬਾਲੇ ਮਿੱਠੇ ਵਾਲੀ ਚੀਜ਼ ਖਾਦੀ ਹੋਵੇ ਤੇ ਫਿਰ ਘੱਟ ਮਿੱਠੇ ਵਾਲੀ ਤਾਂ ਫੋਕੀ ਲੱਗਦੀ ਹੁੰਦੀ ਆ ਉਹ ਕੇਸ ਐ ਇਹ ਘੋੜੇ ਨੂੰ ਜੇ ਤਾਂ ਕੱਲੇ ਨੂੰ ਫਲਮਾਉਂਦੇ ਫਿਰ ਤਾਂ ਗੱਲ ਹੋ ਜਾਣੀ ਸੀ ਕੁਝ ਹੋਰ ਹੁਣ ਬਈ ਇਹ ਆ ਵੀ ਪਹਿਲਾਂ ਆਪਾਂ ਬਾਬਰ ਫਲਮਾਤਾ ਦੂਜੇ ਨੰਬਰ ਤੇ ਚੇਤਕ ਫਲਮਾਤਾ ਤੇ ਫਿਰ ਹੁਣ ਬਈ ਇਹ ਦੇ ਆ ਗੱਲ ਇਹਦੇ ਤੇ ਬਣਦੀ ਆ ਉਹ ਘੋੜਾ ਇਹ ਵੀ ਬਹੁਤ ਸੁਨੱਖਾ ਹੈ ਕੰਨਾਂ ਦਾ ਗਰਦਨ ਦਾ ਹਾਈਟ ਤੋਂ ਮਤਲਬ ਇਹਦੀ ਬਿਊਟੀ ਤੋਂ ਇਹ ਵੀ ਆਪਣੇ ਆਪ 'ਚ ਬਹੁਤ ਸੋਹਣਾ ਘੋੜਾ ਪਰ ਉਹ ਦੂਜੇ ਘੋੜੇ ਦੇਖੇ ਕਰਕੇ ਤਾਂ ਕਰਕੇ ਉਹ ਘੋੜੇ ਨੁਕਸਾਨ ਕਰਦੇ ਆ ਇਹਦਾ